ਜੀ ਅੰਕਲ ਜੀ ਆਪਣਾ ਨਾਮ ਦੱਸਿਓ ਕੀ ਆ? ਮੇਰਾ ਨਾਮ ਮੋਹਤਮ ਸਿੰਘ ਆ। ਤੇ ਲਾਸਟ ਨੇਮ ਤੁਹਾਡਾ ਕੀ ਆ? ਸਿਆਣ। ਸਿਆਣ ਪਿੰਡ ਕਿਹੜਾ ਸੀਗਾ ਤੁਹਾਡਾ? ਮੂਸਾਪੁਰ। ਇਹ ਨਵੇਂ ਸ਼ਹਿਰ ਦੇ ਕੋਲ ਜਿਹੜਾ? ਨਵਾਂ ਸ਼ਹਿਰ ਦੇ ਕੋਲ। ਤੇ ਹੋਰ ਕਿਹੜੇ ਤੁਹਾਡੇ ਨਾਲ ਦੇ ਪਿੰਡ ਸੀਗੇ ਤੁਹਾਡੇ? ਸਾਡੇ ਪਿੰਡ ਮੈਨੂੰ ਜ਼ਿਆਦਾ ਵਾਕਫੀਅਤ ਨਹੀਂ। ਅੱਛਾ ਜੀ। ਉੱਥੇ ਪਿੰਡ ਰਿਹਾ ਨਹੀਂ। ਅੱਛਾ ਜੀ। ਤੇ ਉਹ ਸਾਡਾ ਜ਼ਮੀਨ ਜ਼ਮੀਨ ਦੇ ਝਗੜੇ ਸੀ ਔਰ ਉੱਥੇ ਅੱਛਾ ਜੀ ਘਰ ਵਿਗੜਨਾ ਸ਼ੁਰੂ ਹੋ ਗਿਆ। ਅੱਛਾ। ਤੇ ਪਹਿਲਾਂ ਕਾਫੀ ਜ਼ਮੀਨ ਸੀ, ਸਭ ਕੁਛ ਸੀ, ਅਤੇ ਕੁਛ ਬਹੁਤ ਲੰਮਾ ਹੋ ਜਾ ਰਿਹਾ ਕੰਮ। ਤੁਹਾਡੇ ਪਿਤਾ ਜੀ ਦਾ ਕੀ ਨਾਂ ਸੀ? ਗੁਰਜੀਤ ਸਿੰਘ। ਅਤੇ ਮਾਤਾ ਜੀ ਦਾ ਨਾਂ? ਮਾਤਾ ਸਿੰਘ ਨਾਂ ਮੈਨੂੰ ਯਾਦ ਭੁੱਲ ਗਈ ਹੈ। ਮਾਤਾ ਜੀ ਦਾ ਨਾਂ ਭੁੱਲ ਗਏ? ਯਾਦ ਯਾਦ ਨਹੀਂ। ਅੱਛਾ। ਕਿ ਤੁਹਾਡੀ ਉਮਰ ਕਿੰਨੀ ਹੋ ਗਈ ਹੁਣ ਇਸ ਵੇਲੇ? ਇਸ ਵੇਲੇ ਮੇਰੀ ਉਮਰ ਸਮਝਦਾ ਦਸ, ਮੇਰਾ ਕੋਈ 1930 ਦਾ ਜਨਮ ਤੁਹਾਡਾ? 1930 ਦਾ ਹੈ। ਅਤੇ ਉਹ ਕੋਈ 85। ਹਾਂਜੀ। ਇੰਨੀ ਕੁ ਹੋਣੀ ਤੁਹਾਡੀ ਹੈ ਨਾ? 87 ਸਾਲ ਦੀ ਹੋਣੀ ਉਮਰ ਤੁਹਾਡੀ? 87 ਸਾਲ ਦੀ। 87 ਸਾਲ ਦੀ ਉਮਰ। ਅੱਛਾ ਜੀ। ਅਤੇ ਜਦੋਂ ਪਾਕਿਸਤਾਨ ਬਣਿਆ ਉਦੋਂ ਦੇ ਕਿੱਦਾਂ ਦੇ ਹਾਲਾਤ ਸੀਗੇ? ਕੀ ਵਾਪਰਿਆ ਉਦੋਂ? ਉਦੋਂ ਅਸੀਂ ਉਸ ਵੇਲੇ ਪਹਿਲਾਂ ਫਿਰੋਜ਼ਪੁਰ ਵੱਲ ਸੀ ਰਹਿੰਦੇ, ਔਰ ਉਦੋਂ ਬਾਅਦ ਫਿਰ ਫਿਰੋਜ਼ਪੁਰ ਕੋ ਜ਼ਮੀਨ ਜ਼ਮੂਨ ਦਾ ਕੋਈ ਘਰ ਦਾ ਝਗੜਾ ਪੈ ਗਿਆ। ਅੱਛਾ ਜੀ। ਅਤੇ ਉਹ ਫਿਰ ਆਉਣਾ ਪਿਆ ਬੰਗੀ। ਬੰਗੇ? ਬੰਗੀ ਆਉਣਾ ਪਿਆ। ਅੱਛਾ ਜੀ। ਅਤੇ ਉਹ ਫਿਰ ਬੰਗਿਆਂ ਤੋਂ ਆ ਕੇ, ਅਤੇ ਮੇਰੀ ਉਮਰ ਹੁਣ ਹੋ ਗਈ ਜ਼ਿਆਦਾ, ਇਸ ਕਰਕੇ ਮੈਂ ਜ਼ਿਆਦਾ ਇਹ ਨਹੀਂ। ਅਤੇ ਜਿਹੜੀ ਤੁਸੀਂ ਦੱਸਦੇ ਸੀਗੇ ਵੀ ਜਦੋਂ ਤੁਹਾਡੀ ਮਦਰ ਕਹਿੰਦੇ ਸੀਗੇ, ਮਾਂ ਤੁਹਾਡੇ ਕਹਿੰਦੇ ਸੀਗੇ, ਵੀ ਉਹ ਕੀ ਗੱਲ ਸੀਗੀ? ਉਹ ਇਸ ਤਰ੍ਹਾਂ ਸੀ, ਜਿਹੜਾ ਉਹ ਮੁਸਲਮਾਨ ਨਾਂ ਦਾ ਰੌਲਾ ਪੈ ਗਿਆ ਵੀ ਮੁਸਲਮਾਨ ਉੱਥੋਂ ਆ ਰਹੇ ਆ। ਹਾਂਜੀ। ਪਹਾੜ ਤੋਂ ਆ ਕੇ ਅਤੇ ਇਹ ਸਾਰੇ ਫਿਰ ਰੌਲਾ ਪੈ ਗਿਆ, ਅਤੇ ਉਹਨਾਂ ਨੇ ਇੱਧਰ ਉੱਧਰ ਸਾਰੇ ਲੋਕ ਆਪਣੇ ਆਪਣੇ ਤਿਆਰੀਆਂ ਸ਼ੁਰੂ ਕਰ ਲਈਆਂ ਵੀ ਸਾਨੂੰ ਦੌੜਨਾ ਪਊਗਾ ਜਾਂ ਨੱਠਣਾ ਚਾਹੂਗਾ। ਮਾਂ ਮੈਨੂੰ ਕਹਿਣ ਲੱਗੀ ਵੀ ਕਾਕਾ, ਜਿੱਧਰ ਤੈਨੂੰ ਰਸਤਾ ਮਿਲੂਗਾ ਉੱਧਰ ਤੂੰ ਚਲਾ ਜਾਈਂ, ਉਹਨੂੰ ਚਲਾ ਜਾਈਂ। ਹੈਂ। ਔਰ ਇਹ ਨਾ ਕਰੀ ਵੀ ਮੈਂ ਮਾਂ ਦੇ ਪਿੱਛੇ ਜਾਵਾਂ। ਹੈਂ। ਜਿੱਧਰ ਤੈਨੂੰ ਰਸਤਾ ਜਾਓ ਮੈਂ ਜਿੱਧਰ ਜਾਣਾ ਹੋਊਗਾ ਮੈਂ ਆਪ ਚਲੇ ਜਾਊਂਗੀ। ਹੈਂ। ਤੂੰ ਆਪਣਾ ਆਪ ਬਚਾ ਲਈ। ਅੱਛਾ। ਹਾਲਾਤ ਚੰਗੇ ਨਹੀਂ ਹੈਗੇ? ਹਾਲਾਤ ਚੰਗੇ ਨਹੀਂ। ਲੋਕ ਕੋਈ ਡੰਡੀਆਂ ਕੋਈ ਕੁਛ ਲੈ ਕੇ ਆਪਣਾ ਆਪਣਾ ਤਿਆਰੀ ਕਰੇ, ਕੋਈ ਜਿਹਦੇ ਕੋਲ ਕਿਰਪਾਨ ਹੋਈ ਕਿਰਪਾਨ ਲੈ। ਅਤੇ ਇਹ ਮਾਂ ਸਾਡੇ ਨਾਲ ਰੋਵੇ ਹੈ, ਨਾਲ ਮੇਰੀ ਭਤੀਜੀ ਨੂੰ ਕਹਿਣ ਮੈਨੂੰ ਕਹਿਣ ਲੱਗੀ, ਉਹਦਾ ਪਿਆਰ ਬਹੁਤ ਸੀ ਇੱਕਦਮ ਧੀਆਂ ਤੋਂ ਵੱਧ, ਕਿਉਂ ਉਹਦਾ ਮਾਂ ਮਰ ਚੁੱਕੀ ਸੀ ਅਤੇ ਇਸ ਕਰਕੇ ਉਹ ਉਹਦੇ ਕੋਲ ਹੀ ਸੀ ਰਹਿੰਦੀ। ਅਤੇ ਉਹ ਫਿਰ ਮੈਨੂੰ ਕਹਿਣ ਲੱਗੀ ਕਾਕਾ ਨਾਲ ਹੋ ਗਏ, ਕਹਿੰਦੀ ਵੀ ਕਾਕਾ ਆਪਣੇ ਮੈਨੂੰ ਦਿੱਤਾ ਕਿਰਪਾਨ ਛੋਟੀ ਜਿਹੀ,
ਹੈ ਕਿ ਜਾਂਦਾ ਆ ਇਹਨੂੰ ਢਿੱਡ ਦੇ ਵਿੱਚ ਵਾਰਦੇ ਤਾਂ ਕਿ ਇਹ ਮੁਸਲਮਾਨਾਂ ਦੇ ਹੱਥ ਨਾ ਆ ਜਾਵੇ। ਅਤੇ ਤੁਹਾਡੇ ਜਿਹੜੇ ਪਿੰਡ ਕਿਹੜਾ ਸੀਗਾ ਤੁਹਾਡਾ ਉਦੋਂ ਜਿੱਥੇ ਤੁਹਾਡਾ ਇਹ ਇਹ ਕਿਹੜੇ ਪਿੰਡ ਦੀ ਗੱਲਬਾਤ ਆ? ਇਹ ਆਪਣਾ ਬੰਗਿਆਂ ਦੀ ਗੱਲ ਆ। ਅੱਛਾ ਅੱਛਾ, ਪਰ ਬੰਗਾ ਤਾਂ ਇਹ ਆਪਣੇ ਪੰਜਾਬ 'ਚ ਇੱਧਰ ਰਹਿ ਗਿਆ ਸੀਗਾ। ਇਹ ਇੱਧਰ ਰਹਿ ਗਿਆ ਸੀ ਲੇਕਿਨ ਪਰ ਹਾਲਾਤ ਮਾੜੇ ਸੀ, ਸਾਰੇ ਹਾਲਾਤ ਮਾੜੇ ਹੋਏ ਔਰ ਪਹਿਲਾਂ ਤਾਂ ਕੋਈ ਇਹ ਪਾਕਿਸਤਾਨ ਔਰ ਇੱਧਰ ਦਾ ਤਾਂ ਕੋਈ ਹਿਸਾਬ ਹੀ ਨਹੀਂ ਸੀ। ਅੱਛਾ, ਉਹ ਫਿਰ ਕਹਿਣ ਲੱਗੀ ਕਿ ਤੂੰ ਮਾਰ ਨਹੀਂ ਤਾਂ ਕਿ ਮੁਸਲਮਾਨਾਂ ਦੇ ਹੱਥ ਨਾ ਆ ਜਾਣ। ਅਤੇ ਤੁਹਾਡਾ ਕੋਈ ਦੋਸਤ ਵੀ ਸੀਗਾ ਜਿਹੜਾ ਮੁਸਲਮਾਨ ਸੀ? ਮੇਰਾ ਕੋਈ ਦੋਸਤ ਨਹੀਂ ਸੀ ਮੁਸਲਮਾਨ। ਅੱਛਾ, ਅਤੇ ਉਹ ਫਿਰ ਥੋੜ੍ਹੀ ਦੇਰ ਕੇ ਕੋਈ ਅੱਧਾ ਘੰਟਾ ਘੰਟਾ ਦੇ ਬਾਅਦ ਕੁਛ ਰੌਲਾ ਬੌਲਾ ਹਟ ਗਿਆ ਅਤੇ ਇਸ ਕਰਕੇ ਸਾਰੇ ਆਦਮੀ ਆਪਣੇ ਆਪਣੀ ਥਾਂ 'ਤੇ ਰੁਕ ਗਏ। ਕਹਿਣ ਲੱਗੇ ਕਿ ਮੁਸਲਮਾਨ ਜਿਹੜੇ ਆ ਉਹ ਸਾਰੇ ਇੱਥੇ ਜਿਹੜਾ ਆਪਣੀ ਕੀ ਦਾ ਛਾਉਣੀ ਦੇ ਕੋਲ ਜਿਹੜੀ ਨਹਿਰ ਹੈ ਨਾ ਕਿ ਉੱਥੇ ਚਲੇ ਗਏ ਸਾਰੇ। ਜਲੰਧਰ ਛਾਉਣੀ ਕੋਲ? ਜਲੰਧਰ ਛਾਉਣੀ ਦੇ ਕੋਲ। ਅੱਛਾ ਜੀ, ਉਹਦੇ ਕੋਲ ਨਹਿਰ ਹੈ ਨਾ ਬਹੁਤ ਵੱਡੀ, ਹਾਂਜੀ, ਉੱਥੇ ਚਲੇ ਗਏ ਆ ਉੱਥੇ। ਅਤੇ ਉਹਦਾ ਵੀ ਨਹਿਰ ਦਾ ਵੀ ਹਾਲਤ ਮਗਰੋਂ ਕਾਫੀ ਕਾਫੀ ਕਹਿਣ ਲੱਗੇ। ਫਿਰ ਥੋੜ੍ਹਾ ਜਿਹਾ ਚੈਨ ਜੀ ਆਈ ਅਤੇ ਫਿਰ ਥੋੜ੍ਹਾ ਚੈਨ ਆਏ ਅਤੇ ਫਿਰ ਉਹ ਲੋਕ ਕਹਿਣ ਲੱਗੇ ਕਿ ਇਹਨਾਂ ਨੇ ਮਗਰੋਂ ਬਹੁਤ ਪਿੱਛੋਂ ਅਤੇ ਲੋਕ ਫਿਰ ਰੌਲਾ ਇਹ ਪਿਆ ਅਤੇ ਇਹ ਮੁਸਲਮਾਨਾਂ ਨੇ ਉੱਧਰੋਂ ਜਿਹੜੇ ਪਾਕਿਸਤਾਨ ਦੇ ਵਿੱਚੋਂ ਸੀ ਉਹਨਾਂ ਨੇ ਉੱਥੇ ਸਾਰੇ ਹਿੰਦੂ ਔਰ ਸਿੱਖ ਜਿੰਨੇ ਵੀ ਸੀ ਉਹ ਸਾਰੇ ਉੱਥੇ ਮਾਰ ਦਿੱਤੇ ਹੈ। ਔਰ ਇੱਥੇ ਜਿਹੜੇ ਨਹਿਰ ਦੇ ਉੱਤੇ ਉਦੋਂ ਮੀਂਹ ਬਹੁਤ ਜ਼ੋਰ ਦੇ ਬਹੁਤ ਜ਼ੋਰ ਦਾ ਮੀਂਹ ਪਿਆ ਅਤੇ ਉਹ ਜਿਹੜੇ ਨਹਿਰ ਦੇ ਉੱਤੇ ਸੀ ਆਦਮੀ ਉਹ ਰੁੜ ਗਏ ਬਹੁਤ ਸਾਰੇ। ਤੁਸੀਂ ਦੇਖੇ ਕੋਈ ਇੱਦਾਂ ਜਾਂਦੇ ਬੰਦੇ? ਨਾ, ਅਸੀਂ ਤਾਂ ਬੰਗਿਆ ਸੀ, ਲੋਕ ਜਿੱਦਾਂ ਗੱਲਾਂ ਕਰਦੇ ਆ। ਅੱਛਾ, ਤੁਹਾਡੇ ਪਿਤਾ ਜੀ ਕੰਮ ਕੀ ਕਰਦੇ ਸੀ? ਮੇਰੇ ਪਿਤਾ ਜੀ ਦੀ ਡੈਥ ਹੋ ਗਈ ਸੀ 1943 ਦੇ ਵਿੱਚ। ਅੱਛਾ ਜੀ, ਜਦੋਂ ਤੁਸੀਂ 13 ਸਾਲਾਂ ਦੇ ਸੀ? 93 ਸਾਲ ਦਾ। ਉਹਨਾਂ ਦੀ ਉਮਰ ਕਿੰਨੀ ਸੀ? ਉਹਨਾਂ ਦੀ ਉਮਰ, ਉਹਨਾਂ ਦੀ ਡੈਥ ਹੋਈ ਆ, ਰਾਜਾ ਸਾਹਿਬ ਦੀ ਡੈਥ ਹੋਈ ਆ 40 'ਚ, ਇਹਨਾਂ ਦੀ 39 ਦੇ ਵਿੱਚ ਡੈਥ ਹੋਈ। ਅੱਛਾ ਅੱਛਾ, ਅਤੇ ਤੁਹਾਡੀ ਸਿਹਤ ਕਿੱਦਾਂ ਰਹਿੰਦੀ ਹੈ? ਤੁਸੀਂ ਤੁਹਾਡੀ ਸਿਹਤ ਤੁਹਾਡੀ ਠੀਕ ਨਹੀਂ ਲੱਗ ਰਹੀ ਮੈਨੂੰ। ਹੁਣ ਮੇਰੀ ਸਿਹਤ ਠੀਕ ਨਹੀਂ ਹੈ, ਹਾਂਜੀ, ਮੇਰਾ ਪਤਾ ਨਹੀਂ ਮੈਂ ਜੀਣਾ ਨਹੀਂ। ਉੱਦਾਂ ਤਾਂ ਠੀਕ ਆ ਤੁਸੀਂ, ਉੱਦਾਂ ਦਵਾਈ ਲੈਂਦੇ ਆ ਤੁਸੀਂ? ਕੋਈ ਡਾਕਟਰ ਦੇਖਿਆ? ਮੈਂ ਦਵਾਈ ਲੈਂਦਾ, ਸਭ ਕੁਝ ਲੈਂਦਾ। ਆ ਪਿੱਛੇ ਜੇ ਚਲਾ ਗਿਆ ਪਿੰਡ, ਅੱਛਾ, ਨਾ ਆਪਣੇ ਸਾਨੂੰ ਪੰਜਾਬ ਚਲਾ ਗਿਆ। ਅੱਛਾ ਜੀ, ਉੱਥੇ ਉੱਥੇ ਦੋ ਮੁੰਡਿਆਂ ਨੇ, ਜਿੱਦਾਂ ਮੁੰਡਿਆਂ ਨੂੰ ਸਵੇਰੇ ਦੇ ਟਾਈਮ 'ਚ ਮੈਂ ਸੈਰ ਕਰਨ ਗਿਆ ਅਤੇ ਉਹਨਾਂ ਨੇ ਉਹ ਮੇਰੇ ਪਿੱਛੇ ਖੜ੍ਹੇ ਹੋ ਗਏ। ਲੁੱਟ ਖੋਹ ਕਰਨ ਲੱਗੇ ਸੀ? ਨਹੀਂ, ਉਹ
ਸਕੂਲ ਦੇ ਮੁੰਡੇ ਸੀ, ਤਿੰਨ ਜਣੇ ਸੀ, ਹੈਂ, ਅਤੇ ਉਹ ਜਦੋਂ ਮੋਟਰਸਾਈਕਲ 'ਤੇ ਆਏ ਤਾਂ ਉਹਨਾਂ ਤੋਂ ਆਪਣਾ ਜਲਦੀ ਦੇ ਨਾਲ ਜਦੋਂ ਆਏ ਨਾ ਉਹ ਸਹਿ ਨਾ ਸਕੇ, ਹੈਂ, ਉਹ ਸਾਂਭ ਨਹੀਂ ਸਕੇ ਉਹਨੂੰ ਆਪਣੇ ਮੋਟਰਸਾਈਕਲ ਨੂੰ। ਅੱਛਾ ਅੱਛਾ। ਮੈਂ ਉਹਦੇ ਐਕਸੀਡੈਂਟ ਹੋ ਗਿਆ, ਮੈਂ ਉਹਦੇ ਮੋਹਰੇ ਆ ਗਿਆ ਸਾਰਾ, ਅਤੇ ਉਹ ਮੇਰੇ ਉੱਪਰ ਸਾਈਕਲ ਹੈ ਉਹਦੇ ਉੱਤੇ ਮੁੰਡੇ ਸਾਰਾ, ਮੈਂ ਸਾਰਾ ਮੇਰਾ ਬਹੁਤ ਬੁਰਾ ਹਾਲ ਹੋ ਗਿਆ। ਅਤੇ ਇਹੀ ਮੈਨੂੰ ਹੋਸ਼ ਵੀ ਨਹੀਂ ਆਈ ਚੰਗੀ ਤਰ੍ਹਾਂ, ਹੈ, ਤਾਂ ਉਹ ਮੁੰਡਿਆਂ ਨੇ ਹੌਲੀ ਹੌਲੀ ਉੱਥੇ ਸੀ ਅਤੇ ਦੋ ਮੁੰਡੇ ਸਨ, ਉਹ ਫਿਰ ਕਹਿਣ ਲੱਗੇ ਕਿ ਉਹ ਕਹਿਣ ਲੱਗੇ ਵੀ ਮੈਨੂੰ ਲੈ ਕੇ ਜਾਣਾ। ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਮੈਂ ਇੱਦਾਂ ਤੁਰ ਕੇ ਕਿਉਂ, ਉਹ ਮੈਨੂੰ ਹਮੇਸ਼ਾ ਤੁਰਨ ਦੀ ਆਦਤ ਹੈਗੀ, ਫਿਰ ਮੈਂ ਚਲੇ ਜਾਊਂਗਾ, ਜਾ ਨਹੀਂ ਸੀ ਸਕਣਾ। ਉਦਾਂ ਦੇਖਿਆ ਮੇਰੀ ਹਾਲਤ ਹੈ, ਦੋ ਮੁੰਡਿਆਂ ਨੇ ਮੈਨੂੰ ਲੈ ਕੇ। ਹੁਣ ਤੁਸੀਂ ਕਿੱਥੇ ਰਹਿੰਦੇ ਹਾਂ? ਹੁਣ ਮੈਂ ਰਹਿੰਦਾ ਹੈਗਾ ਇੱਥੇ 22nd ਸਟ੍ਰੀਟ। ਇੱਥੇ ਬਰਨਵੀ ਵਿੱਚ ਰਹਿੰਦੇ ਤੁਸੀਂ? ਬਰਨਵੀ, ਹਾਂ, ਅਸੀਂ ਇੱਥੋਂ ਕੀ ਨਾ ਪੁਲ ਟੱਪ ਕੇ ਨਾ ਪੁਲ ਟੱਪ ਕੇ ਉੱਧਰ ਜਾ ਕੇ ਤਾਂ ਫਿਰ ਉਹ ਅੱਛਾ ਅੱਛਾ ਕੀ ਕਹਿੰਦੇ ਆ ਉਹਨੂੰ ਨਿਊ ਵੈਸਟਮਿੰਸਟਰ 22nd ਸਟ੍ਰੀਟ ਤੋਂ ਉੱਤਰ ਕੇ ਉੱਥੋਂ ਪੁਲ ਪਾਰ ਕੁਈਨਬੋਰੋ ਜਿਹੜਾ ਬ੍ਰਿਜ ਆ ਉੱਥੇ ਜਾਂਦੇ ਆ। ਅੱਛਾ 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 ਅੱਛਾ। ਅਤੇ ਉੱਥੇ 22nd ਸਟ੍ਰੀਟ ਆ ਸਾਡਾ ਜਿੱਥੇ ਰਹਿੰਦੇ ਹਾਂ। ਅਤੇ 47 ਦੀ ਕੋਈ ਗੱਲਬਾਤ ਹੈ ਤੁਹਾਨੂੰ ਯਾਦ ਕੋਈ ਹੋਰ, 47 ਜਦੋਂ ਹੋਇਆ ਸੀਗਾ ਕੋਈ ਉਸ ਟਾਈਮ ਦੀ ਕੋਈ ਘਟਨਾ? 47 ਦੇ ਉੱਤੇ ਤਾਂ ਘਟਨਾ ਹੁਣ ਮੈਨੂੰ ਇੰਨਾ ਯਾਦ ਨਹੀਂ ਹੈਗੀ। ਅੱਛਾ, ਤੁਹਾਡੇ ਪਿੰਡ ਤੋਂ ਜਿਹੜੇ ਮੁਸਲਮਾਨ ਸੀਗੇ ਉਹ ਸਾਰੇ ਖੈਰੀਅਤ ਨਾਲ ਚਲ ਗਏ ਸੀ ਬੈਕ? ਮੈਨੂੰ ਪਤਾ ਹੀ ਨਹੀਂ ਉਹਨਾਂ ਦਾ, ਕਿਉਂ ਮੈਂ ਕਿਤੇ ਬਚਪਨ ਦੇ ਵਿੱਚ ਹੀ ਮੈਨੂੰ ਲੈ ਆਇਆ। ਅੱਛਾ ਅੱਛਾ ਜੀ, ਚਲੋ ਠੀਕ ਆ ਜੀ ਅੰਕਲ ਜੀ, ਤੁਹਾਡਾ ਨਾ ਮੈਨੂੰ ਇੱਥੇ ਹੀ ਆਪਣਾ ਪੰਜਾਬ ਦੀ ਇੰਨੀ ਆ ਕਿ ਮੈਂ ਉੱਥੇ ਐਕਸੀਅਨ ਰਿਟਾਇਰਡ ਹਾਂ। ਐਕਸੀਅਨ ਸੀਗੇ ਤੁਸੀਂ ਉੱਥੇ? ਮੈਂ ਸੀ ਅਰੋਣਾ ਚਲ 'ਚ। ਅੱਛਾ ਜੀ, ਅਰੋਣਾ ਚਲ 'ਚ ਐਕਸੀਅਨ ਸੀ, ਉੱਥੇ ਮੈਂ ਗਿਆ ਜਦੋਂ ਤੋਂ ਨੋ ਮੈਨ ਲੈਂਡ ਸੀ, ਉਦੋਂ ਮੈਂ ਸਰਵਿਸ ਕਰਨੀ ਸ਼ੁਰੂ ਕੀਤਾ। ਅੱਛਾ ਜੀ, ਬਾਅਦ ਦੇ ਵਿੱਚ ਰਿਟਾਇਰ ਹੋਇਆ। ਅੱਛਾ ਜੀ, ਐਕਸੀਅਨ ਦਾ। ਅੱਛਾ ਅੱਛਾ। ਅਤੇ ਉੱਥੋਂ ਬਸ ਮੇਰੀ ਉਮਰ ਹੀ ਨਾ ਨਾ ਮੈਂ ਇੱਥੇ ਦਾ ਵਾਕਫ ਹਾਂ, ਨਾ ਮੈਂ ਨਹੀਂ ਵਾਕਫ ਹਾਂ, ਨਾ ਮੈਂ ਕੁਛ ਹਾਂ। ਅੱਛਾ, ਕਿਸੇ ਦਾ ਇੱਦਾਂ ਨਹੀਂ ਹੈਗਾ। ਅੱਛਾ, ਫਿਰ ਤਾਂ ਤੁਸੀਂ ਕਾਫੀ ਪੜ੍ਹੇ ਲਿਖੇ ਹਾਂ। 88 'ਚ ਮੈਂ ਰਿਟਾਇਰਡ ਹੋਇਆ। ਅੱਛਾ ਜੀ, ਅਤੇ ਤੁਸੀਂ ਆਪਣੀ ਜ਼ਿੰਦਗੀ ਤੋਂ ਖੁਸ਼ ਹੋ? ਮੈਂ ਹੁਣ ਜਿਹੜਾ ਚੱਲ ਰਿਹਾ ਮੇਰਾ ਹਿਸਾਬ, ਪਤਾ ਨਹੀਂ ਮੈਂ ਮਹੀਨੇ 'ਚ ਮਹੀਨਾ ਰਹਿਣਾ ਜਾਂ ਦੋ ਮਹੀਨੇ ਕੱਟਣੇ, ਮੇਰਾ ਪੁੱਤਰ ਪਤਾ ਨਹੀਂ ਮੇਰਾ। ਤੁਹਾਡੀ ਫੈਮਲੀ ਤੁਹਾਡੀ ਕੇਅਰ ਵਧੀਆ ਕਰਦੀ ਹੈ? ਮੇਰਾ ਫੈਮਲੀ ਬਹੁਤ ਅੱਛੀ ਹੈ, ਸਭ ਕੁਛ ਹੈ, ਲੇਕਿਨ ਕੀ ਕਰੂੰ ਮੇਰੇ ਫੈਮਲੀ ਹੁਣ ਐਟ ਪ੍ਰੈਜੈਂਟ ਮੇਰਾ ਨੱਕ ਜਿਹੜਾ ਨਾ ਇਹ ਕੰਮ ਨਹੀਂ ਕਰਦਾ। ਅੱਛਾ, ਇਹਦੇ ਵਾਸਤੇ ਆਇਆ ਸੀ ਇੱਥੇ
ਅੱਛਾ ਪਿੰਡ ਤੋਂ ਸ਼ੁਰੂ ਕੀਤਾ। ਤੁਸੀਂ ਡਾਕਟਰ ਨੂੰ ਦਿਖਾਓ ਤਾਂ ਇੱਥੇ ਇੰਨੇ ਡਾਕਟਰ ਵਧੀਆ ਕੈਨੇਡਾ ਦੇ ਵਿੱਚ ਇੱਥੇ ਦਿਖਾਏ ਸਭ ਕੁਛ ਆ ਅਤੇ ਲੇਕਿਨ ਉਹਨਾਂ ਨੇ ਡੇਟ ਦਿੱਤੀ ਸੀ ਕਿ ਤੁਹਾਨੂੰ 2 ਮਹੀਨੇ ਬਾਅਦ ਦੱਸਾਂਗੇ। ਅੱਛਾ ਹੁਣ 2 ਮਹੀਨੇ ਹੋਣਗੇ ਤਾਂ ਦੱਸੋ, ਬਾਅਦ ਦੇ ਵਿੱਚ ਉਹਨਾਂ ਨੇ ਸਾਰਿਆਂ ਨੇ ਕਹਿ ਦੇਣਾ ਕਿ ਜੀ ਤੁਹਾਡੀ ਡੇਟ ਹੀ ਜ਼ਿਆਦਾ ਹੋ ਗਈ। ਅੱਛਾ, ਅਤੇ ਤੁਸੀਂ ਚਾਹੁੰਦੇ ਵੀ ਸਰਕਾਰ ਜਲਦੀ ਜਲਦੀ ਬਜ਼ੁਰਗਾਂ ਦਾ ਧਿਆਨ ਕਰੇ। ਚਲੋ ਠੀਕ ਆ ਅੰਕਲ ਜੀ, ਮੈਂ ਫਿਰ ਤੁਹਾਡੇ ਨਾਲ ਫਿਰ ਗੱਲ ਕਰੂੰਗਾ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮੱਚ। ਆ ਜਾ।